ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਤਾਰਪੁਰ ਸਾਹਿਬ ਜਿਹੜਾ ਵਾ ਜਲੰਧਰ ਤੋਂ ਅੰਮ੍ਰਿਤਸਰ ਵਾਲੇ ਹਾਈਵੇ ਦੇ ਉੱਤੇ ਕਰਤਾਰਪੁਰ ਸਾਹਿਬ ਤੋਂ ਜਦੋਂ ਅਸੀਂ ਭਲੱਥ ਨੂੰ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਨਾ ਛੋਟਾ ਮੀਰ ਪਿੰਡ ਆਉਂਦਾ ਵਾ। ਇਹ ਲੱਭ ਰਹੇ ਸੀ ਪਿੰਡ ਹੁਣ ਹੈ ਨਹੀਂ ਆ, ਛੋਟਾ ਮੀਰ ਅਤੇ ਵੱਡਾ ਮੀਰ ਪਿੰਡ ਹੁੰਦਾ ਸੀ, ਪਰ ਅੱਜ ਵੀ ਜ਼ਮੀਨ ਛੋਟੇ ਮੀਰ ਨਾਂ ਦੀ ਜ਼ਮੀਨ ਹੈ ਜਿਹੜੀ ਪਿੱਛੇ ਤੁਸੀਂ ਦੇਖ ਰਹੇ ਸਾਰੀ ਛੋਟੇ ਮੀਰ ਦੀ ਜ਼ਮੀਨ ਹੈ। ਅਸਲ 'ਚ ਇਹਦਾ ਜਿਹੜਾ ਪਿੰਡ ਸੀਗਾ ਪੈਂਦੇ ਖਾਂ ਦਾ ਇਹ ਸੀਗਾ ਆਲਮਪੁਰ, ਇੱਥੋਂ ਤਕਰੀਬਨ 5-6 ਕਿਲੋਮੀਟਰ ਪੈਂਦਾ। ਆਲਮਪੁਰ ਦਾ ਰਹਿਣ ਵਾਲਾ ਵਾ, ਪਿਤਾ ਇਹਦੇ ਚੜ੍ਹਾਈ ਕਰ ਚੁੱਕੇ ਆ ਬਚਪਨ ਦੇ ਵਿੱਚ। ਇਸ ਪਿੰਡ ਦੇ ਜਿਹੜੇ ਸੀ ਨਾ ਵੱਡੇ ਮੀਰ ਦੇ ਗੁਰੂ ਸਾਹਿਬ ਕੋਲ ਪਠਾਣ ਤਨਖਾਹ ਦੇ ਉੱਤੇ ਰਹੇ ਸੀ, ਇਸਮਾਇਲ ਖਾਂ, ਦਿਲਾਵਰ ਖਾਂ ਉਹਨਾਂ ਦਾ ਨਾਂ ਸੀ, ਗੁਰੂ ਸਾਹਿਬ ਨੇ ਨੌਕਰ ਰੱਖੇ ਹੋਏ ਸੀ, ਉਹਨਾਂ ਦੇ ਨਾਲ ਹੀ ਪੈਂਦੇ ਖਾਂ ਆਉਂਦਾ। ਗੁਰੂ ਸਾਹਿਬ ਨੂੰ ਬਹੁਤ ਪਸੰਦ ਆਉਂਦਾ ਬੱਚਾ, ਗੁਰੂ ਸਾਹਿਬ ਉਹਨੂੰ ਰੱਖ ਲੈਂਦੇ ਆਪਣੇ ਕੋਲ। ਪੈਂਦੇ ਖਾਂ ਨੂੰ ਆਪਣੇ ਕੋਲ ਰੱਖ ਕੇ ਦੋ ਮੱਝਾਂ ਦਾ ਦੁੱਧ ਉਹਦੇ ਵਾਸਤੇ ਸਪੈਸ਼ਲ ਲਾਇਆ ਸੀ। ਇਸਮਾਇਲ ਖਾਂ ਉਹਨੂੰ ਜਿਹੜੀ ਸਾਰੀ ਯੁੱਧ ਵਿੱਦਿਆ ਦਿੰਦਾ ਸੀ, ਗੁਰੂ ਸਾਹਿਬ ਆਪ ਵੀ ਉਹਨੂੰ ਸ਼ਸਤਰ ਵਿੱਦਿਆ ਸਿਖਾਉਂਦੇ ਸੀ। ਔਰ ਉਹ ਇੰਨਾ ਮਹਾਨ ਅਤੇ ਇੰਨਾ ਬਲਵਾਨ ਨਿਕਲਿਆ ਕਿ ਉਹ ਇਤਿਹਾਸ 'ਚ ਲਿਖਿਆ ਕਿ ਸਿੱਕੇ ਨੂੰ ਐਂ ਫੜ ਕੇ ਅਤੇ ਉਹਦੇ ਉੱਤੋਂ ਅੱਖਰ ਮਿਟੇ ਦਿੰਦਾ ਸੀ, ਜਿਹੜਾ ਕੁਆਇਨ ਹੁੰਦਾ ਸਿੱਕੇ ਨੂੰ ਐਂ ਫੜ ਕੇ ਵਿੰਗਾ ਕਰ ਦਿੰਦਾ ਸੀ, ਮੱਝ ਦੀਆਂ ਲੱਤਾਂ ਬੰਨ ਕੇ ਮੱਝ ਨੂੰ ਚੁੱਕ ਲੈਂਦਾ ਸੀ, ਇੰਨੀ ਉਹਦੀ ਤਾਕਤ ਸੀਗੀ। ਇੰਨਾ ਤਾਕਤਵਰ ਹੋ ਗਿਆ ਕਿ ਦੌੜੇ ਆਉਂਦੇ ਘੋੜੇ ਨੂੰ ਰੋਕ ਕੇ ਅਤੇ ਉਹਨੂੰ ਪਲਟਾ ਦਿੰਦਾ ਸੀਗਾ ਉਹਦੇ ਨਾਲ ਸਵਾਰ ਦੇ ਸਮੇਤ। ਗੁਰੂ ਸਾਹਿਬ ਉਹਨੂੰ ਬਹੁਤ ਪਿਆਰ ਕੀਤਾ ਉਹਦਾ, ਇੱਥੋਂ ਤੱਕ ਉਹਨੂੰ ਸਰਦਾਰ ਬਣਾ ਤਾ ਫੌਜ ਦੇ ਵਿੱਚ ਇੱਕ ਟੁਕੜੀ ਦਾ, ਹੱਥੀਂ ਵਿਆਹ ਕਰਕੇ। ਆਹ ਜਿਹੜਾ ਛੋਟੇ ਮੀਰ ਪਿੰਡ ਸੀਗੇ ਨਾ ਜਿਹੜਾ ਉੱਜੜ ਚੁੱਕਾ, ਇਹ ਦੱਸਣ ਵਾਲੇ ਇੱਥੇ ਵੀਰਾਂ ਦੇ, ਇੱਥੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ, ਹਰਖੋਵਾਲ ਵਾਲੇ ਮਹਾਂਪੁਰਖਾਂ ਨੇ ਬਣਾਇਆ। ਇਹ ਉੱਚੇ ਥਾਂ 'ਤੇ ਆ, ਪਤਾ ਇਹੀ ਲੱਗਾ ਕਿ ਇਹੀ ਅਸਲੀ ਥੇ ਵਾ ਉਸ ਪਿੰਡ ਦਾ ਜਿਹੜਾ ਛੋਟੇ ਮੀਰ ਪਿੰਡ ਸੀਗਾ ਅਤੇ ਉਹ ਬਾਅਦ 'ਚ ਉੱਜੜ ਗਿਆ ਸੀਗਾ। ਵਿਆਹ ਵੀ ਕਰ ਦਿੱਤਾ ਔਰ ਹੱਥੀਂ ਉਹਨੂੰ ਘਰ ਵੀ ਬਣਵਾ ਦਿੱਤਾ ਕਿ ਤੂੰ ਇੱਥੇ ਰਿਹਾ ਕਰ। ਔਰ ਪੈਂਦੇ ਖਾਂ ਨੂੰ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਪੂਰਾ ਮਾਣ ਤਾਣ ਪ੍ਰਾਪਤ ਸੀਗਾ। ਉਹ ਜਦੋਂ ਫਿਰ ਜੰਗਾਂ 'ਚ ਲੜਿਆ, ਸ਼੍ਰੀ ਹਰਗੋਬਿੰਦਪੁਰ ਸਾਹਿਬ ਵਾਲੀ ਜੰਗ ਤੋਂ ਬਾਅਦ 'ਚ ਇੰਨਾ ਹੰਕਾਰੀ ਹੋ ਗਿਆ ਕਿ ਉਹ ਜਿਹਦੇ ਕੋਲ ਖਲੋਂਦਾ ਸੀਗਾ ਨਾ ਉਹਨੂੰ ਹੀ ਕਹਿੰਦਾ ਸੀਗਾ, ਮੇਰੇ ਕਰਕੇ ਜੰਗ ਜਿੱਤੀ ਗਈ, ਮੇਰੀਆਂ ਬਾਹਾਂ ਦੇ ਬਲ ਕਰਕੇ ਮੈਂ ਘੋੜੇ ਉਲਟਾ ਉਲਟਾ ਕੇ ਸੁੱਟ ਦਿੱਤੇ, ਜੇ ਮੈਂ ਨਾ ਹੁੰਦਾ ਤਾਂ ਜੰਗ ਨਹੀਂ ਸੀ ਜਿੱਤੀ ਜਾਣੀ। ਇਹ ਗੱਲਾਂ ਹੌਲੀ ਹੌਲੀ ਗੁਰੂ ਸਾਹਿਬ ਕੋਲ ਪਹੁੰਚੀਆਂ ਕਿ ਪੈਂਦੇ ਖਾਂ ਨੇ ਇਹ ਗੱਲ ਕਹੀ ਆ, ਤਾਂ ਉਸ ਵੇਲੇ ਗੁਰੂ ਸਾਹਿਬ ਨੇ ਬਚਨ ਕੀਤਾ, ਪੈਂਦੇ ਖਾਂ ਹੰਕਾਰੀ ਹੋ ਗਿਆ। ਇਸ ਤੋਂ ਫਿਰ ਜਦੋਂ ਹੰਕਾਰ ਕਰਨ ਲੱਗਾ, ਫਿਰ ਉਹਦੀ ਪੁੱਠੀ ਪੈਣੀ ਸ਼ੁਰੂ ਹੋ ਗਈ, ਮਨਮਾਨੀਆਂ ਕਰਨ ਲੱਗਾ, ਗੁਰੂ ਸਾਹਿਬ ਦਾ ਹੁਕਮ ਕੁਛ ਹੋਣਾ ਉਹਨੇ ਕਰਨਾ ਕੁਛ। ਇੱਦਾਂ ਕੀ ਹੋਇਆ, ਇੱਕ ਵਾਰ ਕਾਬਲੀ ਮੱਲ ਇੱਕ ਸਿੱਖ ਆਇਆ, ਉਹ ਗੁਰੂ ਸਾਹਿਬ ਵਾਸਤੇ ਇੱਕ ਚਿੱਟਾ ਬਾਜ, ਇੱਕ ਘੋੜਾ, ਜਰੀਦਾਰ ਬਸਤਰ, ਢਾਲ ਅਤੇ ਇੱਕ ਜੜਾਊ ਮੁੱਠ ਵਾਲੀ ਤਲਵਾਰ ਲੈ ਕੇ ਆਇਆ, ਅਤੇ ਜਿਹੜਾ ਬਾਜ ਸੀਗਾ ਉਹ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਗੁਰੂ ਸਾਹਿਬ ਨੇ, ਅਤੇ ਬਾਕੀਆਂ ਸਾਰੀਆਂ ਹੀ ਚੀਜ਼ਾਂ, ਘੋੜਾ, ਬਸਤਰ, ਢਾਲ ਅਤੇ ਉਹ ਤਲਵਾਰ, ਜਿਹੜੀਆਂ ਚਾਰ ਚੀਜ਼ਾਂ ਪੈਂਦੇ ਖਾਂ ਨੂੰ ਦੇ ਦਿੱਤੀਆਂ। ਅਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਰੋਜ਼ ਤੁਸੀਂ ਇਹਨਾਂ ਨੂੰ ਪਹਿਨ ਕੇ ਆਇਆ ਕਰਨਾ ਦਰਬਾਰ 'ਚ। ਹੁਣ ਉਹ ਚੀਜ਼ਾਂ ਵਸਤੂਆਂ ਲੈ ਕੇ ਗਿਆ ਘਰੇ, ਘਰੇ ਜਾ ਕੇ ਉਹਦਾ ਜਵਾਈ ਸੀ ਉਸਮਾਨ ਖਾਨ, ਉਹ ਬੇਈਮਾਨ ਹੋ ਗਿਆ ਇਹਨਾਂ ਚੀਜ਼ਾਂ ਦੇ ਉੱਤੇ, ਉਹਨੇ ਮੰਗੀਆਂ, ਪੈਂਦੇ ਖਾਨ ਨੇ ਸਾਰੀਆਂ ਚੀਜ਼ਾਂ ਉਹਨੂੰ ਦੇ ਦਿੱਤੀਆਂ। ਹੁਣ ਗੁਰੂ ਸਾਹਿਬ ਦੇ ਦਰਬਾਰ 'ਚ ਕਿੱਦਾਂ ਜਾਵੇ, ਕਿਉਂਕਿ ਗੁਰੂ ਸਾਹਿਬ ਨੇ ਤਾਂ ਹੁਕਮ ਲਾਇਆ ਸੀਗਾ ਕਿ ਪਹਿਨ ਕੇ ਆਉਣਾ ਸਾਰਾ ਕੁਛ। ਔਰ ਫਿਰ ਜਿਹੜਾ ਬਾਜ ਸੀਗਾ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ ਹੋਇਆ, ਉਹ ਵੀ ਉਸਮਾਨ ਖਾਨ ਨੇ ਚੁਰਾ ਲਿਆ। ਸੋ ਪੰਜ ਦੀਆਂ ਪੰਜ ਚੀਜ਼ਾਂ ਹੀ ਉਹਦੇ ਕੋਲ ਪਹੁੰਚ ਗਈਆਂ। ਜਦੋਂ 5 ਦਿਨ ਗੁਰੂ ਸਾਹਿਬ ਦੇ ਦਰਬਾਰ 'ਚ ਨਹੀਂ ਆਇਆ ਪੈਂਦੇ ਖਾਂ, ਗੁਰੂ ਸਾਹਿਬ ਨੇ ਸੁਨੇਹਾ ਭੇਜ ਕੇ ਬੁਲਾਇਆ। ਆਮ ਕੱਪੜੇ ਪਾ ਕੇ ਹੀ ਪੈਂਦੇ ਖਾਂ ਆ ਗਿਆ। ਗੁਰੂ ਸਾਹਿਬ ਨੇ ਕਿਹਾ ਤੁਸੀਂ ਤਿਆਰ ਨਹੀਂ ਹੋ ਗਏ, ਕਹਿੰਦਾ ਤੁਸੀਂ ਛੇਤੀ ਛੇਤੀ ਸੱਦ ਲਿਆ, ਇਸ ਕਰਕੇ ਮੈਂ ਇੱਦਾਂ ਹੀ ਆ ਗਿਆ। ਗੁਰੂ ਸਾਹਿਬ ਨੇ ਬਾਜ ਬਾਰੇ ਪੁੱਛਿਆ ਤਾਂ ਵੀ ਮੁੱਕਰ ਗਿਆ। ਗੁਰੂ ਸਾਹਿਬ ਨੇ ਬਹੁਤ ਮਨਾਇਆ, ਨਹੀਂ ਕਿਸੇ ਗੱਲ 'ਤੇ ਆਇਆ। ਉਸ ਵੇਲੇ ਗੁਰੂ ਸਾਹਿਬ ਨੇ ਬਿਧੀ ਚੰਦ ਜੀ ਨੂੰ ਭੇਜਿਆ, ਉੱਥੋਂ ਕਰਤਾਰਪੁਰ ਸਾਹਿਬ ਤੋਂ ਇਹ ਪਿੰਡ ਸੀ ਉਹਦਾ, ਇੱਥੇ ਆਣ ਕੇ ਬਿਧੀ ਚੰਦ ਜੀ ਨੇ ਉਹਦੇ ਘਰੋਂ ਸਾਰੀਆਂ ਹੀ ਚੀਜ਼ਾਂ ਲੈ ਲਈਆਂ ਔਰ ਲੈ ਕੇ ਗੁਰੂ ਦਰਬਾਰ 'ਚ ਹਾਜ਼ਰ ਕੀਤੀਆਂ। ਫਿਰ ਉਹਨੇ ਇਹ ਗੱਲ ਕਹੀ, ਕਹਿੰਦਾ ਲੁਕਾਈਆਂ ਤੁਸੀਂ ਸਾਰੀਆਂ ਚੀਜ਼ਾਂ, ਨਾ ਤੁਸੀਂ ਮੇਰਾ ਲਾਉਂਦੇ ਹੋ। ਇਸ ਥਾਂ ਤੋਂ ਫਿਰ ਉਹਦੀ ਪੁੱਠੀ ਪਈ, ਕਾਸ਼ ਕਿਤੇ ਉਦੋਂ ਗੁਰੂ ਦੇ ਚਰਨਾਂ 'ਚ ਨਮਸਕਾਰ ਕਰਕੇ ਭੁੱਲ ਮਨਾ ਲੈਂਦਾ। ਜਦੋਂ ਮੌਕੇ ਸਾਡੇ ਆਉਂਦੇ ਅਸੀਂ ਵੀ ਚੂਕ ਕਰ ਜਾਂਦੇ ਹਾਂ, ਇੱਦਾਂ ਹੀ ਪੈਂਦੇ ਖਾਂ ਨੇ ਕੀਤੀ। ਫਿਰ ਇੱਥੋਂ ਗੁਰੂ ਦਰਬਾਰ 'ਚੋਂ ਨਾਰਾਜ਼ ਹੋ ਕੇ ਚਲਾ ਗਿਆ ਜਲੰਧਰ ਤੋਂ ਜਾ ਕੇ। ਇੱਕ ਤਾਂ ਕਾਲੇ ਖਾਂ ਫੌਜਦਾਰ ਸੀਗਾ ਜਿਹਦਾ ਭਰਾ ਅੰਮ੍ਰਿਤਸਰ ਦੀ ਲੜਾਈ 'ਚ ਮਰਿਆ ਸੀ, ਉਸਮਾਨ ਖਾਂ ਆਪਣੇ ਜਵਾਈ ਨੂੰ ਕਾਲੇ ਖਾਂ ਨੂੰ ਸਾਰਿਆਂ ਲੈ ਕੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ। 3 ਦਿਨ ਲੜਾਈ ਹੋਈ, 26 ਅਪ੍ਰੈਲ ਤੋਂ 28 ਅਪ੍ਰੈਲ 1635 ਨੂੰ। ਇਹ ਕਰਤਾਰਪੁਰ ਸਾਹਿਬ ਦੀ ਜੰਗ ਆ, ਇਹ ਮਹਾਰਾਜ ਦੀ ਚੌਥੀ ਜੰਗ 6ਵੇਂ ਪਾਤਸ਼ਾਹ ਦੀ। ਇਸ ਜੰਗ 'ਚ ਜਦੋਂ ਫਿਰ ਜੰਗ ਦੇ ਵਿੱਚ ਕਰਦਿਆਂ ਕਰਦਿਆਂ ਗੁਰੂ ਸਾਹਿਬ ਦਾ ਅਤੇ ਪੈਂਦੇ ਖਾਂ ਦਾ ਆਪਸ ਦੇ ਵਿੱਚ ਆਹਮਣਾ ਸਾਹਮਣਾ ਹੁੰਦਾ, ਜਦੋਂ ਗੁਰੂ ਸਾਹਿਬ ਦਾ ਅਤੇ ਪੈਂਦੇ ਖਾਂ ਦਾ ਆਹਮੋ ਸਾਹਮਣਾ ਹੁੰਦਾ ਤਾਂ ਗੁਰੂ ਸਾਹਿਬ ਕਹਿੰਦੇ ਪੈਂਦੇ ਖਾਂ ਵਾਰ ਕਰ ਲੈ।
उस वेले पेंदे खां ने दो वार किते, गुरु साहब ने दोने रोक ले। तीजा वार उन्हें जो तलवार ना किता, तलवार ना तलवार टकरा के पेंदे खां की तलवार टुट गई। उस वेले उन्हें उहदे हाथ च सिर्फ एक मुठ रह गई। उन्हें गुरु साहब के घोड़े नूं फड़ के पटका मारन की कोशिश की, क्योंकि इहदे विच उह बहुत एक्सपर्ट सीगा, पर गुरु साहब के घोड़े नूं हिला नहीं सकिया। उदों गुरु साहब ने एक रकाब दे विच पैर रख के उहदे सिर दे विच अपनी ढाल मारी, उत्थे ही जमीन ते डिग पिया। गुरु साहब घोड़े तो उतर आए, उसे ढाल दे नाल उहदे सिर दे उत्ते छां की और क्या, पेंदे खां पढ़ कलमा, तेरा अंत समा आया। जदों इन्नी गल कही तां पेंदे खां नूं उस वेले अपनी जिंदगी दी सारी सिनरी ना सकिंटां दे विच अखां दे अगे निकल गई। उस वेले पछतावा होया कि इह परपकार गुरु साहिब दे चेते आए। हुक्म आ ना, गुरबाणी कहिंदी आ, कर औगण पछो तावणा, औगण कीते पछताया। फिर हथ जोड़े गुरु साहिब अगे, कहिंदा तुहाडी मेहर दी नज़र ही मेरा कलमा है, मेरियां भुलां माफ करियो। उस वेले छेवें पातशाह ने उन्हूं माफ किया, उत्थे मौत होई, उसे ढाल दे नाल उहदा चेहर कवर कर दिता। इस पेंदे खां नूं गुरु साहिब ने हथीं दफनाया, अज भी उहदी यादगार करतारपुर दे विच बनी होई है। सो उस तो बाद उस्मान खां ते कुतुब खां जिहड़े उह गुरु साहिब दे तीरां दे शिकार हो गए, और काले खां गुरु साहिब दे सामने आया। गुरु साहिब नूं कहिंदा तुसीं मेरी एक तीर दी मार हो। तीर चलाउण लगा, गुरु साहिब ने घोड़ा घुमाया, तीर सिर दे लागों निकल गया, ते उस वेले तलवार ली ललकारिया उन्हें गुरु साहिब नूं, ते गुरु साहिब दे उत्ते तीन वार कीते। गुरु साहिब ने तिने वार रोके, जदों तीजा वार खाली गया काले खां दा, तां गुरु साहिब ने उसे वेले मुस्कराए ते कहिंदे खान साहिब तलवार इंज नहीं इंज चलाई दी आ। जदों गुरु साहिब ने वार किया, सिर धड़नों अलग कर दिता। इदां पेंदे खां आप ते मरिया, अपना जवाई ते अपने होर दोस्त सारे उन्हां नूं वी नाल लै गया। ये पेंदे खान ने जाके उन्हां नूं कहा सीगा, सारिआं नूं, सारी उम्र मैं भुला रहा गुरु दी घर दी सेवा करदा रहा, काफर काफर ही हुंदा, आओ सारे रल के गुरु दे उत्ते हमला करके अपने बदले लईए। संगत जी, गुरु साहब का प्यार देखो कि एक जतीम नूं किन्ना ज़्यादा प्यार करके हथीं पालिया, ते जदों फिर वह हंकारिया गया फिर हथीं मारिया। इदां ही गुरु साहब सानू आ, शरण आवै ते सकंठ लावै, ये बिरध स्वामी संदा, ये सुभाव आ गुरु साहब का। शरण आए नूं अपने कंठ नाल अपने गल नाल ला लेना। जदों असीं गुरु साहब के हुक्म तों बाहर हो जाने आ, फिर वो परमेशर साडा फिर अपने हथीं घात कर दिंदा, ते घात साडा दिनों दिन हो रहा वा। आओ बचिए, एक ही रस्ता वा, गुरु की शरण पै जाइए, अपनियां भुल्लां की माफ़ी मंगिए। गुरु साहब खुशी के घर च आउण ते गुरु साहब बख्श देण, बख्श देणगे ते बख्शे जावांगे। जे उन्हां ना बख्शिया ते साडे पल्ले कुछ नहीं हैगा। पेंदे खां बख्शिया गया, भावें भुल्लां करियां फिर भी बख्श दिता छेवें पातशाह ने। आओ टू लेट ना कर लिए, ये ना होवे कि असी फिर माफ़ियाँ मंगन लगीए, फिर उदों साढ़े को कर औगण पछो तावना ही रह जाए। पिंड सारा ही थे हो चुका, कोई निशानी नहीं आ, सिर्फ जमीन पिंड छोटे मीर दे नाँ ते आ। लागे पिंड मलियां वा, उधर आ मेन रोड निकल रही आ, गुरद्वारा संतगढ़ इत्थे बनिया होया थे दे उत्ते। होइयां भुल्लां दी मुआफ़ी। वाहिगुरू जी का खालसा, वाहिगुरू जी की फतेह।